ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਬੱਚਿਆਂ ਨੂੰ ਖਰਾਬ ਖਾਣਾ ਮਿਲਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਜਿਹੜੇ ਬੱਚੇ ਹੈਗੇ ਨੇ ਬਿਮਾਰ ਹੋਏ ਨੇ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਕੱਲ ਰਾਤ ਵੱਡੀ ਗਿਣਤੀ ਵਿੱਚ ਬੱਚੇ ਇੱਥੇ ਲੈਂਦੇ ਗਏ ਨੇ ਉਸ ਤੋਂ ਬਾਅਦ ਸਵੇਰੇ ਫਿਰ ਜਿਹੜੇ ਹੈਗੇ ਨੇ 35-36 ਦੇ ਕਰੀਬ ਜਿਹੜੇ ਬੱਚੇ ਨੇ ਇਸ ਜਗ੍ਹਾ ਲਿਆਂਦੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਸੰਗਰੂਰ ਦੇ ਹਸਪਤਾਲ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਬੱਚੇ ਇੱਕ ਇੱਕ ਬੈੱਡ ਦੇ ਉੱਪਰ ਦੋ ਦੋ ਬੱਚੇ ਜਿਹੜੇ ਹੈਗੇ ਨੇ ਲੇਟੇ ਹੋਏ ਨੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਾਫੀ ਉਲਟੀਆਂ ਛਾਲੀਆਂ ਦੇ ਨਾਲ ਲਿਆਂਦਾ ਗਿਆ ਸਿਵਲ ਹਸਪੀਟਲ ਸੰਗਰੂਰ ਬੱਚੇ ਲਿਆਂਦੇ ਗਏ ਨੇ ਤੇ ਪੀਜੀ ਸੈਟਲਾਈਟ ਸੈਂਟਰ ਘਾਬ ਦਾ ਵਿਖੇ ਬੱਚਿਆਂ ਨੂੰ ਲਿਆਂਦਾ ਗਿਆ ਤਾਂ ਕਾਫੀ ਦਿੱਕਤਾਂ ਬੱਚਿਆਂ ਨਾਲ ਇਹਨਾਂ ਬੱਚੇ ਨਾਮ ਕੀਆ ਤੁਹਾਡਾ ਜੀ ਹਨੀਸ਼ਾ ਗੋਵੇ ਬੱਚੇ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਦਿੱਕਤ ਆਈ ਤੁਹਾਨੂੰ ਕਦੋਂ ਖਾਣੇ ਨੇ ਤੁਹਾਨੂੰ ਗੜਬੜ ਕਿੱਤੀ ਤੇ ਖਾਣਾ ਕਿਦਾਂ ਦਾ ਮਿਲਦਾ ਤੁਹਾਡੇ ਸਕੂਲ ਦੇ ਵਿੱਚ ਸਾਡੇ ਖਾਣੇ ਤੇ ਤਾਂ ਪਹਿਲਾਂ ਤੋਂ ਹੀ ਪ੍ਰੋਬਲਮ ਹੋ ਰਹੀ ਸੀ ਬਟ ਪਹਿਲਾਂ ਕਦੇ-ਕਦਾਈ ਹੁੰਦੀ ਸੀ ਪਰ ਦੀਵਾਲੀ ਤੋਂ ਦਿਨਾਂ ਤੋਂ ਬਾਅਦ ਜਦੋਂ ਤੋਂ ਸਟਾਫ ਚੇਂਜ ਹੋਇਆ ਲਗਾਤਾਰ ਖਾਣਾ ਖਰਾਬ ਮਿਲ ਰਿਹਾ ਸੀ ਸਾਨੂੰ ਤੇ ਅਸੀਂ ਫਿਰ ਬਹੁਤ ਵਾਰ ਕੰਪਲੀਟ ਕੀਤੀ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਅਸੀਂ ਕਹਿ ਕੇ ਥੱਕ ਕੇ ਅਸੀਂ ਐਪਲੀਕੇਸ਼ਨਸ ਤੱਕ ਲਿਖ ਕੇ ਦਿੱਤੀਆਂ ਬਹੁਤ ਸਾਰੀਆਂ ਸਾਡੇ ਮਤਲਬ ਕਦੇ ਪਲਸ 1 ਕੋਲ ਰੋਜ਼ ਦੂਜੇ ਤੀਜੇ ਦਿਨ ਚਾਰ ਚਾਰ ਐਪਲੀਕੇਸ਼ਨ ਪੰਜ ਪੰਜ ਐਪਲੀਕੇਸ਼ਨ ਰੋਜ਼ ਟੀਚਰਸ ਕੋਲ ਜਾਂਦੀ ਸੀਗਾ ਤੇ ਕਿਸੇ ਕੋਲ ਕਦੇ ਕਿਸੇ ਕੋਲ ਬਟ ਕੋਈ ਐਕਸ਼ਨ ਲਿੱਤਾ ਗਿਆ ਸਾਨੂੰ ਕਹਿੰਦੇ ਤੁਸੀਂ ਖਾਣਾ ਖਾ ਲਓ ਅਸੀਂ ਚੈੱਕ ਕਰਕੇ ਦਿੱਤਾ ਤੇ ਜਦੋਂ ਅਸੀਂ ਖਾਣਾ ਖਾਣ ਬੈਠਦੇ ਆ ਤਾਂ ਫਿਰ ਅਸੀਂ ਦੇਖਦੇ ਵੀ ਸੌਂਦਾ ਤੇ ਸਾਡੇ ਜਿਹੜੇ ਸੀਨੇ ਅਸੀਂ ਸਾਰੇ ਸਟ੍ਰਾਈਕ ਤੇ ਬੈੜ ਗਏ ਕਹਿੰਦੇ ਵੀ ਅਸੀਂ ਤਾਂ ਸਟ੍ਰਾਈਕ ਤੇ ਬੈਠਾਂਗੇ ਉਹਨਾਂ ਅਸੀਂ ਨਹੀਂ ਖਾਣਾ ਖਾਣਾ ਹੈਗਾ ਤੇ ਫਿਰ ਅ ਉਹ ਦਿਆ ਸਿਖਾ ਕੇ ਦੇਖਿਆ ਤੇ ਖਾਣਾ ਖਾ ਲਓ ਫਿਰ ਉਸਨੇ ਤੇ ਵਿਸ਼ਵਾਸ ਕਰਕੇ ਖਾਣਾ ਖਾਣ ਗਏ। ਨਾਲੇ ਚ ਦਿੱਕਤਾਂ ਕੀ ਸੀ ਬੇਟਾ? ਸਰ ਖਾਣੇ ਦੇ ਵਿੱਚ ਕਦੇ ਸੁੰਡਾ ਆਉਂਦੇ ਸੀ, ਕਦੇ ਲੋਹ ਦੇ ਝਾਵੇਂ ਦੇ ਜਿਹੜੇ ਹੁੰਦੇ ਨੇ ਤਾਰਾਂ, ਕਦੇ ਚੂਹਾ ਮਰਿਆ ਹੋਇਆ, ਕਦੇ ਛਿਪਕਲੀਆ ਮਰੀਆ ਹੋਇਆ, ਕਦੇ ਕਾਸੇ ਦੀ ਦਿੱਕਤ, ਕਦੇ ਕਹੇ ਵੀ ਸਾਰਾ ਟਾਈਮ ਹੁੰਦਾ ਸੀ। ਜਦੋਂ ਇਦਾਂ ਦੇ ਹਾਲਾਤ ਸੀ ਆਪਣੇ ਫੈਮਿਲੀ ਨਾਲ ਨੇ ਤੁਸੀਂ ਕੰਪਲੇਨਟ ਕੀਤੀ? ਸਰ ਸਾਡੇ +1 ਦੀ ਗੁਰਪੂਰਵਾਲੇ ਦਿਨ ਗੱਲ ਕਰਾਤੀ ਤੇ ਉਸ ਦਿੋਂ ਅਸੀਂ ਕਿਹਾ ਵੀ ਚੱਲ ਅਸੀਂ ਸੋਚ ਵੀ ਐਨਾ ਹੋਣਾ ਨਹੀਂ ਤੇ ਉਸ ਤੋਂ ਬਾਅਦ ਫਿਰ ਅਸੀਂ ਇਗਨੋਰ ਜਆ ਕਰਤਾ ਫਿਰ ਜਿਹੜੇ ਸਾਡੇ ਸੀਨੀਅਰਜ਼ ਦੀ ਵਾਰੀ ਸੀ ਗੱਲ ਕਰਾਉਂਦੇ ਸਾਡੇ ਸੀਨੀਅਰ ਬਹੁਤ ਜ਼ਿਆਦਾ ਗੁੱਸੇ 'ਚ ਸੀਗੇ ਤੇ ਇੰਨਾ ਕਰਕੇ ਇਸ ਕਰਕੇ ਇਹਨਾਂ ਦੀ ਗੱਲ ਵੀ ਨਹੀਂ ਕਰਾਇਗੀ ਕਿਤੇ ਇੱਕ ਆਪਣੇ ਘਰ ਦੇ ਨੂੰ ਨਾ ਕਹਿ ਦੇ ਤਾਂ ਬਿਲਕੁਲ ਬੱਚੇ ਕਾਫੀ ਵੱਡੇ ਇਲਜ਼ਾਮ ਲਗਾ ਰਹੇ ਨੇ ਮਾਪੇ ਇੱਥੇ ਮੌਜੂਦ ਨੇ ਸਰ ਤੁਹਾਡਾ ਕੀ ਨਾਮ ਆ ਜੀ ਸ਼ੋਕਲਾ ਜੀ ਅਸ਼ੋਕ ਜੀ ਕਿਵੇਂ ਦੇਖਦੇ ਹੋ ਤੁਹਾਡੇ ਬੱਚੇ ਸਕੂਲ ਦੇ ਵਿੱਚ ਤੁਸੀਂ ਭਰੋਸਾ ਕਰਕੇ ਸਕੂਲ ਪ੍ਰਸ਼ਾਸਨ ਦੇ ਉੱਪਰ ਸਕੂਲ 'ਚ ਛੱਡੇ ਨੇ ਉੱਥੇ ਹੋਸਟਲ 'ਚ ਬੱਚੇ ਰਹਿੰਦੇ ਨੇ ਪਰ ਇਦਾਂ ਦੇ ਇਲਜ਼ਾਮ ਕਿ ਬੱਚਿਆਂ ਦੇ ਖਾਣੇ ਦੇ ਵਿੱਚ ਚੂਹੇ ਮਿਲ ਰਹੇ ਨੇ ਤੇ ਹੁਣ ਤੁਹਾਡੇ ਬੱਚੇ ਹਸਪੀਟਲ ਦੇ ਦਾਖਲ ਨੇ ਅਸੀਂ ਬੱਚਿਆਂ ਤੇ ਤਾਂ ਭਰੋਸਾ ਹੀ ਨਹੀਂ ਕੀਤਾ ਜੀ ਅਸੀਂ ਕਦੇ ਹੋ ਨਹੀਂ ਸਕਦਾ ਇਹ ਕੰਮ ਪਰ ਹੂੰ ਸਾਨੂੰ ਬਤ ਦਾਦੀ ਪਾਸੇ ਹਾਂ ਜੀ ਬਿਲਕੁਲ ਗੁੱਸਾ ਵੀ ਆ ਤੇ ਭਾਵੁਕ ਵੀ ਹੋ ਰਹੇ ਨੇ ਜਿਹੜੇ ਹੈਗੇ ਨੇ ਬੱਚਿਆਂ ਦੇ ਪੇਰੈਂਟਸ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਵਿੱਚ ਬਿਮਾਰ ਹੋਏ ਨੇ ਸੰਗਰੂਰ ਹਸਪੀਟਲ ਦੇ ਵਿੱਚ ਬੱਚਿਆਂ ਨੂੰ ਲਿਆਂਦਾ ਗਿਆ ਤੇ ਲਗਾਤਾਰ ਜਿਹੜਾ ਇਲਾਜ ਹੈਗਾ ਜਾਰੀ ਆ ਦੇਖ ਸਕਦੇ ਹੋ ਕਿ ਇੱਕ ਇੱਕ ਵੱਡੇ ਦੇ ਉੱਪਰ ਦੋ ਦੋ ਜਿਹੜੇ ਬੱਚੇ ਹੈਗੇ ਨੇ ਇਸ ਵਕਤ ਉਹਨਾਂ ਦਾ ਇਲਾਜ ਹੋ ਰਿਹਾ ਤੇ ਪੂਰਾ ਬੱਚਿਆਂ ਨੂੰ ਉਲਟੀਆਂ ਦੱਸ ਜਾਂ ਹੋਰ ਦਿੱਕਤਾਂ ਆ ਰਹੀਆਂ ਨੇ ਜੋ ਸੰਗਰੂਰ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਵੈਂਡਰ ਹੈਗਾ ਉਹ ਵੈਂਡਰ ਨੂੰ ਤੇ ਉਸ ਮੈਸ ਦੇ ਠੇਕੇਦਾਰ ਨੂੰ ਤੇ ਮੈਸ ਦੇ ਮੈਨੇਜਰ ਨੂੰ ਵੈਂਡਰ ਨੂੰ ਤੇ ਮੈਸ ਦੇ ਮੈਨੇਜਰ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ 307 ਦੇ ਨਾਲ ਹੋਰ ਜਿਹੜੀਆਂ ਧਾਰਾਵਾਂ ਨੇ ਉਹਨਾਂ ਤੇ ਪਰ ਲਗਾਈਆਂ ਗਈਆਂ ਨੇ ਤੇ ਫਿਲਹਾਲ ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਹਾ ਕਿ ਟੈਂਪਰੇਰੀ ਤੌਰ ਦੇ ਉੱਪਰ ਸਕੂਲ ਦੇ ਵਿੱਚ ਬੱਚਿਆਂ ਨੂੰ ਅੱਜ ਤੋਂ ਹੀ ਜਿਹੜਾ ਹੋਰ ਕਿਸੇ ਜਗ੍ਹਾ ਤੋਂ ਖਾਣਾ ਮੁਹਈਆ ਕਰਵਾਇਆ ਜਾਊਗਾ ਤੇ ਇੱਕ ਕਮੇਟੀ ਦਾ ਵੀ ਜਿਹੜਾ ਗਠਨ ਹੈਗਾ ਕੀਤਾ ਗਿਆ ਉਹ ਪੂਰੀ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਕਰੂਗੀ ਕੌਣ-ਕੌਣ ਇਸ ਪੂਰੇ ਮਾਮਲੇ 'ਚ ਦੋਸ਼ੀ ਸੀ ਵੈਂਡਰ ਦੇ ਨਾਲ ਸਕੂਲ ਪ੍ਰਸ਼ਾਸਨ ਕਿਉਂਕਿ ਬੱਚਿਆਂ ਨੇ ਲਗਾਤਾਰ ਜਿਹੜੀ ਕੰਪਲੇਂਟਾਂ ਕੀਤੀ ਸੀ ਤਾਂ ਉਸ ਕੰਪਲੇਂਟ ਕਰਨ ਤੋਂ ਬਾਅਦ ਵੀ ਉਹ ਵੈਂਡਰ ਜਾਂ ਕੰਟੀਨਿਊ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਇੱਕ ਹਫਤੇ ਦੇ ਵਿੱਚ ਉਹਨਾਂ ਨੇ ਪੂਰੀ ਜਿਹੜੀ ਜਾਂਚ ਰਿਪੋਰਟਾ ਬਣਾ ਕੇ ਦੇਣੀ ਆ ਤੇ ਉਸ ਰਿਪੋਰਟ ਦੇ ਬਿਹਾਫ ਜਿਹੜੀ ਪੂਰੀਆ ਕਾਰਵਾਈ ਆ ਉਹ ਕੀਤੀ ਜਾਊਗੀ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ 18 ਪੰਜਾਬ